ਮੁਹੱਬਤ ਦਾ ਆਗਾਜ਼ ਹੋਇਆ ਕਦੋਂ ਮਿਲੇ ਕਿਰਨ ਨੂੰ ਬਾਬੇ ਹੋਣਾ ਕੁਛ ਦਮਗੜਾ ਨਾਲ ਗਏ ਸਨ ਛੋਟੇ ਭਾਈ ਨੂੰ ਕਿਹੜੇ ਬਾਬੇ ਹੋਣਾ ਕਹਿੰਦੇ ਸੋਡੇ ਕੋਲ ਉੱਥੇ ਨਾਲ ਜਿਹੜੇ ਨਾ ਇੱਕ ਦੋ ਦਫ਼ਾ ਦਮਸ਼ਮ ਕਰਾਇਆ ਫਿਰ ਉੱਥੋਂ ਮੇਰੇ ਕੋਲੋਂ ਗੁਜ਼ਰਦੀ ਸੀ ਫਿਰ ਬਾਬੇ ਕੋਲ ਬਹਿਣਾ ਕਰਾਉਣਾ ਸ਼ੁਰੂ ਹੋ ਗਿਆ ਮੇਰਾ ਫਿਰ ਇੱਥੋਂ ਕੰਮ ਜਿਹੜਾ ਨਾ ਸ਼ੁਰੂ ਹੋ ਗਿਆ ਆਸ਼ਮ ਸ਼ੁਕੀ ਵਾਲਾ ਅੱਛਾ ਹਾਂਜੀ ਫਿਰ ਦੁਕਾਨ ਦੇ ਕੋਲੋਂ ਗੁਜ਼ਰਦੀ ਸੀ ਅੱਛਾ ਹੱਸਦੀ ਹੁੰਦੀ ਸੀ ਅੱਛਾ ਕਹਿੰਦੀ ਸੀ ਫਿਰ ਬਾਬੇ ਕੋਲ ਮੇਰਾ ਖੁਦ ਬੈਠਣਾ ਸ਼ੁਰੂ ਹੋ ਗਿਆ ਚਾਹ ਚੂਹ ਪੀਣ ਲੱਗ ਪਏ ਫਿਰ ਉਹ ਕੰਮ ਸ਼ੁਰੂ ਹੋ ਗਿਆ ਮੇਰਾ ਨਾ ਨਹੀਂ ਚਾਹ ਚੂਹ ਪੀਣ ਲੱਗ ਗਿਆ ਫਿਰ ਕੀ ਮਤਲਬ ਮੋਬਾਈਲ ਫੋਨ ਹੈਗਾ ਸੀ ਨਹੀਂ ਨਹੀਂ ਮੋਬਾਈਲ ਤਾਂ ਨਹੀਂ ਉਸਨੇ ਡਾਇਰੈਕਟ ਹੀ ਰੱਖ ਲਿਆ ਮੈਸੇਜ ਉਹਨਾਂ ਨੇ ਡਾਇਰੈਕਟ ਹੀ ਰੱਖ ਲਿਆ ਅੱਛਾ ਕਹਿੰਦੇ ਮਤਲਬ ਜਾਣਾ ਸ਼ੁਰੂ ਹੋਇਆ ਪਹਿਲੀ ਵਾਰੀ ਕਹਿੰਦੇ ਗਏ ਪਹਿਲੀ ਦਫਾ ਉੱਥੇ ਬੈਠੇ ਸਾਂ ਤੋ ਸਫਾਈ ਵੀ ਕਰਦੇ ਵੀ ਸੀ ਅੱਛਾ ਅਗਲੇ ਦਿਨ ਫਿਰ ਖੁਦ ਆ ਗਈ ਮੇਰੇ ਕੋਲ ਅੱਛਾ ਮੇਰਾ ਉੱਥੇ ਜਗ੍ਹਾ ਗਈ ਸੀ ਕਿੰਨੀ ਮਤਲਬ ਦੇਰ ਮੁਲਾਕਾਤਾਂ ਰਹਿੰਦੀਆਂ ਸੀ ਤੁਹਾਡੀਆਂ ਮੁਲਾਕਾਤਾਂ ਜਦੋਂ ਉਹਦਾ ਦਿਲ ਕਰਦੇ ਸੀ ਉਹ ਅਕਸਰ ਮੈਂ ਨਾ ਉਹਨਾਂ ਦੀ ਦੁਕਾਨ ਤੇ ਹੁੰਦਾ ਸਾਂ ਸੁਬਾਹ ਨੂੰ ਆਉਂਦਾ ਸੀ 9 ਵਜੇ ਤੇ ਬਾਬੇ ਕੋਲ ਬੈਠਾ ਰਹੀਦਾ ਸੀ ਆਣ ਕੇ ਅੱਛਾ ਫਿਰ ਤਕਰੀਬਨ ਮੈਂ 2 ਵਜੇ 3 ਵਜੇ ਮੇਰੇ ਭਾਈ ਲੈ ਕੇ ਜਾਂਦੇ ਸਾਨੂੰ ਅੱਛਾ ਜਦੋਂ ਮੌਕਾ ਮਿਲਦਾ ਸੀ ਕਿਰਨ ਚਲਾਦੀ ਨਾਲ ਚਲਾ ਜਾਂਦਾ ਸੀ ਕਿਤੇ ਚਲੇ ਨਾ ਉਹਦੇ ਘਰ ਹੀ ਉਦੋਂ ਤੇ ਬੱਚੇ ਉਹਦੇ ਨਹੀਂ ਵੇਖਦੇ ਸੀ ਤਾਂ ਉਹਦੇ ਵਿੱਚ ਜਾਂਦੇ ਸਾਨੂੰ ਬੱਚੇ ਅੱਛਾ ਠੀਕ ਹੈ ਤੇ ਉਹਦਾ ਖਾਮਤ ਕਰੀ ਆ ਗਿਆ ਹੋਵੇ ਖਾਮਨ ਰੋਟੀ ਖਾਣ ਆਉਂਦਾ ਸੀ ਦੁਪਹਿਰ ਚਲ ਜਾਂਦਾ ਸੀ ਅੱਛਾ ਉਸ ਟਾਈਮ ਨਹੀਂ ਹੁੰਦਾ ਸੀ ਤੂੰ ਬਸ ਚਸਕਾ ਕੀ ਕਹਿੰਦੀ ਸੀ ਕਿ ਬੰਦਾ ਠੀਕ ਨਹੀਂ ਹੈ ਉਹਦਾ ਠੀਕ ਵੀ ਸੀ ਲੇਕਿਨ ਉਹ ਕਿ ਗੁਣ ਬਸ ਸਵਾਦ ਹੈਗਾ ਸੀ ਤੈਨੂੰ ਨਹੀਂ ਗੱਲ ਮੈਨੂੰ ਵੀ ਹੈਗਾ ਜਦ ਜ਼ਾਹਰੀ ਉਹਨੂੰ ਜਦ ਮੈਨੂੰ ਵੀ ਨਾਲ ਹੀ ਹੋ ਗਿਆ ਅੱਛਾ ਚਸਕਾ ਲੱਗ ਗਿਆ ਹਾਂਜੀ ਰੋਜ਼ ਹੀ ਆਣਾ ਜਾਣਾ ਸ਼ੁਰੂ ਹੋ ਗਿਆ ਰੋਜ਼ਾਨਾ 30 ਦਿਨ ਖੁਦਾ ਦੇ ਜਨਾਬ ਅੱਛਾ ਜੀ ਹਾਂਜੀ ਰੋਜ਼ਾਨਾ ਜਾਂਦਾ ਸੀ ਰੋਜ਼ਾਨਾ ਬਾਬੇ ਕੋਲ ਬੈਠਣਾ ਸੀ ਤੇ ਅੱਕ ਦਾ ਨਹੀਂ ਸੀ ਆਪਣੀ ਪ੍ਰੇਮ ਕਹਾਣੀ ਦਾ ਜਿਹੜਾ ਭੁੱਲਦਾ ਨਾ ਹੋਵੇ ਕੀ ਮਤਲਬ ਬੜੇ ਦਿਨ ਆਏ ਹੋਣੇ ਬੜੇ ਅੱਛੇ ਅੱਧਾ ਵੱਡਾ ਹੋ ਗਿਆ ਨਹੀਂ ਨਹੀਂ ਇਹ ਬਾਅਦ ਦੇ ਵਿੱਚ ਹੋਇਆ ਨਾ ਇਹ ਤੇ ਤੈਨੂੰ ਤੇਰੇ ਕੀਤਿਆਂ ਦੀ ਸਜ਼ਾ ਮਿਲੀ ਪਹਿਲੇ ਕੀ ਹੋਇਆ ਮਤਲਬ ਪਹਿਲਾਂ ਕੁਛ ਨਹੀਂ ਜਨਾਬ ਅਸੀਂ ਕਦੀ ਘੁੰਮਣ ਫਿਰਨ ਬਾਹਰ ਨਹੀਂ ਗਏ ਨਹੀਂ ਨਹੀਂ ਤੂੰ ਕਿਹਾ ਤੇ ਇਹ ਲੈ ਕੇ ਜਾਂਦਾ ਸੀ ਨਾ ਨਹੀਂ ਨਹੀਂ ਮੈਂ ਨਹੀਂ ਕਿਹਾ ਲੈ ਗਏ ਸਾਡੇ ਕੋਲ ਉੱਥੇ ਪਲਾਟ ਸੀ ਮੇਰਾ ਆਪਣਾ ਅੱਛਾ ਉੱਥੇ ਲੈ ਜਾਂਦਾ ਸੀ ਉੱਥੇ ਬੈਡਪੁਰ ਚਾਹੀਦਾ ਅੱਛਾ ਤੇ ਰਾਤਾਂ ਨੂੰ ਕਹਿੰਦੇ ਮਤਲਬ ਰਾਤਾਂ ਨੂੰ ਵੀ ਜਾਂਦਾ ਸੀ ਨਹੀਂ ਰਾਤਾਂ ਨੂੰ ਨਹੀਂ ਜਾਈਦੇ ਘੱਟ ਵੱਧ ਜਾਈਦਾ ਜਦੋਂ ਮਤਲਬ ਮੀਆਂ ਮੀਆਂ ਦਾ ਰਾਤ ਲਾਵੇ ਤੇ ਦਰਜੀਆਂ ਦਾ ਕੰਮ ਕਰਦਾ ਉਹ ਅੱਛਾ ਫਿਰ ਰਾਤ ਵੀ ਜਾਂਦੇ ਸੀ ਈਦ ਤੇ ਗਿਆ ਐਸੀ ਹਾਂ ਨਹੀਂ ਜੀ ਖੁਦ ਸਵੇਰ ਦਾ ਟਾਈਮ ਆ ਗਿਆ ਸੀ ਅੱਛਾ ਸਵੇਰ ਆ ਗਈ ਸੀ ਈਦ ਤੇ ਉਹਦਾ ਤਾਂ ਬੂਹਾ ਪੈ ਗਿਆ ਸੀ ਨਾ ਚੀਜ਼ ਦਾ ਤੇ ਜਿਸ ਦਿਨ ਚਾਂਦ ਰਾਤ ਸੀ ਹਾਂ ਨੱਸ ਗਏ ਸਨ ਸਾਰੇ ਜਣੇ ਅੱਛਾ ਫਿਰ ਤਾਂ ਕੀ ਗੱਲਾਂ ਹੁੰਦੀਆਂ ਸੀ ਤੁਹਾਡੀਆਂ ਦੋਨੋਂ ਦੀਆਂ ਆਪਸ ਚ
ਕੀ ਗੱਲਾਂ ਸਾਰਾ ਇਹ ਫੇਰ ਵੀ ਕੋਈ ਗੱਲ ਤੇ ਯਾਦ ਕਰਨਾ ਇੰਨੀਆਂ ਗੱਲਾਂ ਹੋਣੀਆਂ ਡੇਢ ਸਾਲ ਦਾ ਤੱਲਕ ਹੈ ਪਿਆਰ ਕੀਤਾ ਤੂੰ ਕੀ ਗੱਲਾਂ ਯਾਰ ਸ਼ਾਦੀ ਸ਼ੁਦਾ ਖਤੂਨ ਨਾਲ ਪਿਆਰ ਕੀਤਾ ਤੇਰੀ ਸ਼ਾਦੀ ਨਹੀਂ ਹੋਈ ਹੋ ਜੀ 4 ਮਹੀਨੇ ਅੱਛਾ 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 ਸ਼ਾਦੀ ਹੋ ਗਈ ਤੇਰੀ ਹਾਂਜੀ ਤੇ ਉਹਦੇ ਬਾਵਜੂਦ ਤੱਲਕ ਰੱਖਿਆ ਤੂੰ ਸ਼ਾਦੀ ਤੋਂ ਬਾਅਦ ਵੀ ਨਹੀਂ ਫਿਰ ਘਟਾਤਾ ਸੀ ਮਤਲਬ ਘੱਟ ਆਣਾ ਜਾਣਾ ਸ਼ੁਰੂ ਕਰਤਾ ਸੀ ਘਰ ਵੀ ਥੋੜ੍ਹਾ ਬਹੁਤਾ ਟਾਈਮ ਦਿੰਦਾ ਹਾਂਜੀ गली मोहल्ले बुलाया तेरी दुकान मतलब जदों सारा बकू आया जो आया 9:30 का टाइम से मेरे को अच्छा क्या तेरे को गल करनी मैं गया वहां कहने जब जा तो अरशद आएगा मैं निकल गया मैं भी डर पै गया भी अरशद भी फिर बाबा नहीं लगता पा कहीं रात में आई मैं रात में गया तो कितने 12:30 का टाइम गया मैं सीटी मारी जा अच्छा सीटी मार के बुला की मारी जरा सीटी मार बदतमीजी करन लग पिया की कहंदा की लैन आया इत्थे बाबे दी लाश बस इन्नी गल की उस टाइम मैं कार गया जो देखी तो मेरे सामने लाश पई मेरे प्लाट दे ना घर के सामने प्लाट है खाली फिर सुबह खालसा लगी पुलिस ही पुलिस आ गई लाश के कोल आई पुलिस फिर गली मुड़े नी सानू पहलो इन्होंने कापा जी साबू साबू वेख्या भी नहीं इन्हें मिलना भी सीना भी हाँ, लाश है हाँ जी फिर
ਫੇਰ ਕੀ ਨਾ ਲੈਂਦੇ ਤੂੰ ਵੀ ਉੱਥੇ ਖਲੋਤਾ ਤਮਾਸ਼ਾ ਵੇਖਦਾ ਉੱਥੇ ਕੀ ਵੇਖਿਆ ਤੂੰ ਕੁਛ ਨੀ ਬ੍ਰੋ ਨਹੀਂ ਨਹੀਂ ਪੁਲਿਸ ਆਈ ਹੋਈ ਹੈ ਮਹੱਲੇਦਾਰ ਜਮਾ ਹੈ ਉਹ ਆ ਗਏ ਕੱਪ ਪਾਉਂਦੇ ਹੋਏ ਹੋਰ ਕੀ ਵੇਖਿਆ ਹੋਰ ਇਹੀ ਉਹਨਾਂ ਲਾਸ਼ ਨੂੰ ਚੁੱਕਿਆ ਨਾ ਚੜਾ ਦਿੱਤੀ ਮੰਜੀ ਦੇ ਅੱਛਾ ਫਿਰ ਮੈਂ ਦੁਕਾਨ ਚਲੇ ਗਿਆ ਆਪਣੇ ਤੇ ਅੱਛਾ ਮੈਂ ਦੁਕਾਨ ਜਾ ਖੜਾ ਹੋ ਗਿਆ ਫਿਰ ਉਹ ਬੰਦਿਆਂ ਨਾਲ ਗਿਆ ਵੀ ਤੁਹਾਡਾ ਉਹਨਾਂ ਨੇ ਨਾਲ ਲਿਆ ਤਿੰਨਾ ਚਾਰਾਂ ਕੜਾਂ ਮਲਾਵਾਂ ਨੇ ਮਾਰ ਦਿੱਤਾ मथे लगा ड्रामा करते सा बार बार चुप कर जा मेरे घर आ लेंदे पे ने तू चुपना समझ को फिर उन्होंने मैं पवाता इतने आए इतने इशारा शुरू करता रहा मैं भी चुप रहे भी मैं तुम छुड़वा दाँगा मैं तुम छुड़वा दाँगा फिर मैं खुद आन के जाना पेश हो फिर अपने सारे काम भी सर अंजाम दिते इधर उधर किसी ने डिस्कस भी नहीं की परेशान भी नहीं होया टेंशन ते रहना था जो पुलिस आंदी जी टेंशन आई रहनी सी अज फड़े जाना अज फड़े जाना टेंशन ते रहनी सी पकड़े जान दी टेंशन रहनी सी उंज नहीं मतलब लोगों दी गल्लां सुनी दी सन ना ਵੀ ਆ ਚਾਰ ਜਣੇ ਨੇ ਪੰਜ ਜਣੇ ਨੇ ਦੋ ਜਣੇ ਨੇ ਫਿਰ ਟੈਨਸ਼ਨ ਤੇ ਵਜ਼ਾਹਿਰ ਕਰਾ ਅੱਛਾ ਉਹ ਲਾਸ਼ ਨੂੰ ਠਿਕਾਣੇ ਲਾਣ ਤੋਂ ਬਾਅਦ ਮਤਲਬ ਉਹਨਾਂ ਦੀ ਬੀਵੀ ਤੇ ਬੰਦੇ ਦੇ ਹਵਾਲੇ ਕਰਨ ਦੇ ਬਾਅਦ ਆਪਣੀ ਮਹਿਬੂਬਾ ਦੇ ਕੈਮ ਦੇ ਉੱਤੇ ਉਸ ਤੋਂ ਬਾਅਦ ਮੁਲਾਕਾਤ ਹੋਈ ਤੇ ਵੀ ਕੋਈ ਉਹਦੇ ਨਾਲ ਤਸੱਲੀ ਬਖਸ਼ ਨਹੀਂ ਫਿਰ ਇੱਕ ਔਰਤ ਨੇ ਕਿਹਾ ਸੀ ਕਿ ਮਿਲਾਂਗੇ ਇਸ ਤੋਂ ਬਾਅਦ ਅਸੀਂ ਨਹੀਂ ਫਿਰ ਉਹ ਨਹੀਂ ਮਿਲੇ ਉਹਨਾਂ ਦਾ ਕਾਲ ਮਹਿਮਾਨ ਹੋਣ ਨਾਲ ਆਪੇ ਸਨ ਅੱਛਾ ਮੁਲਾਕਾਤ ਨਹੀਂ ਹੁੰਦੀ ਸੀ ਨਹੀਂ ਲੇਕਿਨ ਵੇਖਦਾ ਸੀ ਉਹਨੂੰ ਗੁਜ਼ਰਦੇ ਹਾਂ ਜੀ ਕੀ ਖਾਸ ਗੱਲ ਸੀ ਮਹਿਬੂਬਾ ਜੀ ਬਸ ਜੀ ਜਿਹੜਾ ਕੁਛ ਤੁਹਾਨੂੰ ਦੱਸਿਆ ਨਾ ਸੋਹਣੀ ਲੱਗਦੀ ਸੀ ਬੜੀ ਨਹੀਂ ਸ਼ੈਤਾਨੀ ਕੰਮ ਸੀ ਅੱਛਾ ਮਜ਼ਾ ਆਉਂਦਾ ਹਾਂਜੀ ਨਸ਼ਾ ਵੀ ਕਰਨਾ ਕੋਈ ਨਹੀਂ ਨਸ਼ਾ ਵੀ ਨਹੀਂ ਕਰਨਾ ਬਸ ਉਹਦਾ ਹੀ ਨਸ਼ਾ ਸੀ ਹਾਂਜੀ ਉਸ ਤੋਂ ਪਹਿਲੇ ਵੀ ਕਦੀ ਮੈਂ ਗੁੱਬਰ ਸੀ ਕਰੀ ਨਹੀਂ ਨਹੀਂ ਉਸੇ ਵਾਲਾ ਕੋਈ ਤੇ ਹੁਣ ਕਿੱਦਾਂ ਲੱਗ ਰਿਹਾ ਤੁਹਾਨੂੰ ਇੱਕ ਕਤਲ ਦੇ ਮੁਕੱਦਮੇ 'ਚ ਤੂੰ ਮੁਲਵਿਸ ਹੈ ਤੂੰ ਮਦਦ ਕੀਤੀ ਹੈ ਮੁਲਜ਼ਮਾਂ ਦੀ ਕਤਲ ਹੈਗਾ ਤੂੰ ਵੀ ਹੈਂ ਕੋਈ ਮੈਸੇਜ ਦੇ ਤੇਰੇ ਵਰਗੇ ਜਿਹੜੇ ਲੋਕ ਹੈ ਜਿਹੜੇ ਤੈਨੂੰ ਫਾਲੋ ਕਰਦੇ ਜਾਂ ਤੇਰੇ ਵਰਗੀਆਂ ਹਰਕਤਾਂ ਕਰਦੇ ਆ ਕਿਸੇ ਦੀ ਸ਼ਾਦੀ ਸ਼ੁਦਾ ਖਾਤੂਨ ਦੇ ਨਾਲ ਤਾਲੁਕਾਤ ਬਣਾ ਲੈਂਦੇ ਆ ਉਹਨਾਂ ਨੂੰ ਕੀ ਦਿਨ ਦੇਖਣੇ ਪੈ ਸਕਦੇ ਦੱਸ ਜਿਹੜੇ ਤੱਕ ਤੇ ਗੁਜ਼ਰ ਰਹੇ ਹੋ ਦੱਸ ਲੋਕਾਂ ਨੂੰ ਕਿ ਸ਼ਾਇਦ ਉਹ ਸ਼ਰਮ ਖਾਨ ਇਹੋ ਜਿਹੇ ਕੰਮਾਂ ਤੋਂ ਬਾਅਦ ਆ ਜਾਣ ਬਾਜੀ ਮੁਸੀਬਤ ਚ ਗਿਆ ਹੁਣ ਨਹੀਂ ਨਹੀਂ ਮੁਸੀਬਤ ਚ ਕਿਹਦੀ ਵਜ੍ਹਾ ਤੋਂ ਆਇਆ ਤੂੰ ਕਿਰਨ ਦੀ ਵੇਨਾ ਮੁਸੀਬਤ ਚ ਆਪਣੀ ਵਜ੍ਹਾ ਤੋਂ ਮੁਸੀਬਤ ਹਾਂਜੀ ਨਾ ਉਹ ਦੱਸ ਲੋਕਾਂ ਨੂੰ ਕਹਿ ਕਿ ਇਹੋ ਜਿਹੇ ਕੰਮ ਨਹੀਂ ਕਰਨੇ ਦੱਸ ਨਾ ਮੈਸੇਜ ਦੇ ਮੈਸੇਜ ਦੇ ਕੇ ਇਹ ਕੰਮ ਇਸ ਦਹਾਨੇ ਤੱਕ ਲੈਣ ਦੇ ਦੱਸ ਆਪਣੇ ਮੂੰਹ ਕਿ ਨਹੀਂ ਹੈ ਤੈਨੂੰ ਕੋਈ ਪਛਤਾਵਾ ਨਹੀਂ ਪਛਤਾਵਾ ਤੇ ਹੈ ਜਨਾਬ ਪਛਤਾਵਾ ਹੈ ਤੇ ਫਿਰ ਲੋਕਾਂ ਨੂੰ ਵੀ ਦੱਸ ਕਿ ਥੋੜਾ ਜਿਹਾ ਮਜ਼ਾ ਲੈਣ ਦੀ ਖਾਤਰ ਅਕਸਰ ਔਕਾਤ ਐਡਾ ਵੱਡਾ ਪਹਾੜ ਆ ਜਾਂਦਾ ਤੇਰੇ ਘਰ ਵਾਲਿਆਂ ਨੇ ਤੈਨੂੰ ਕੀ ਕਿਹਾ ਜਦੋਂ ਤੂੰ ਦੱਸਿਆ ਘਰ ਵਾਲਿਆਂ ਨੂੰ ਨਹੀਂ ਨਹੀਂ ਹੁਣ ਪਤਾ ਲੱਗ ਗਿਆ ਹੁਣ ਪਤਾ ਲੱਗ ਗਿਆ ਤੇ ਉਹ ਤਾਂ ਇੱਜ਼ਤ ਕਰਦੇ ਹੋਣੇ ਤੇਰੀ ਕਿ ਨਹੀਂ ਆਏ ਨਹੀਂ ਆ ਫਿਰ ਬਾਰਾ ਉਹ ਆਏ ਨਹੀਂ ਪਿੱਛੇ ਠੀਕ ਹੈ ਤਾਂ ਉਹਨਾਂ ਨੇ ਕੀ ਆਣਾ ਚਾਹੀਦਾ ਤੇਰੇ ਮਗਰ ਨਹੀਂ ਆਣਾ ਚਾਹੀਦਾ ਪਛਤਾਵਾ ਹੈਗਾ ਤਾਂ ਹਾਂਜੀ ਕੀ ਕਹੇਂਗਾ ਕੋਈ ਮੈਸੇਜ ਦੇ ਮੈਸੇਜ ਆਈ ਬਸ ਗਲਤੀ ਹੋ ਗਈ ਜਨਾਬ ਜਿਹੜੇ ਲੋਕ ਤੇਰੀ ਤਰ੍ਹਾਂ ਦੀਆਂ ਗਲਤੀਆਂ ਕਰ ਰਹੇ ਉਹਨਾਂ ਨੂੰ ਕੀ ਮੈਸੇਜ ਦੇਂਗਾ ਇਹ ਨਾ ਕਰੋ